ਬੱਚੇ ਕਰਕੇ ਬਚਿਆ ਮਹਿਲਾ ਦਾ ਫੋਨ। ਜੇ ਵੀਡੀਓ ਨਾ ਹੁੰਦੀ ਤਾਂ ਕਿਸੇ ਨੇ ਵੀ ਨਹੀਂ ਕਰਨਾ ਸੀ ਯਕੀਨ। ਆ ਵੇਖੋ ਕਿਵੇਂ ਇਸ ਬੱਚੇ ਕਰਕੇ ਮਹਿਲਾ ਦਾ ਫੋਨ ਇਸ ਚੋਰ ਤੋਂ ਬਚ ਗਿਆ, ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਵੇਖ ਸਕਦੇ ਹੋ ਕਿ ਇੱਕ ਮੋਬਾਈਲ ਦੀ ਦੁਕਾਨ 'ਤੇ ਮਹਿਲਾ ਆਪਣੇ ਬੱਚੇ ਦੇ ਨਾਲ ਖੜੀ ਹੁੰਦੀ ਹੈ, ਤਾਂ ਮਹਿਲਾ ਆਪਣਾ ਪਰਸ ਅਤੇ ਮੋਬਾਈਲ ਇਸ ਦੁਕਾਨ ਦੇ ਕਾਊਂਟਰ 'ਤੇ ਰੱਖ ਦਿੰਦੀ ਹੈ। ਤਾਂ ਥੋੜ੍ਹੀ ਦੂਰ ਉਸ ਤੋਂ ਇੱਕ ਨੌਜਵਾਨ ਖੜਾ ਹੁੰਦਾ ਹੈ ਜਿਹੜਾ ਕਿ ਚੋਰੀ ਦੀ ਫਿਰਾਕ ਦੇ ਵਿੱਚ ਹੁੰਦਾ ਹੈ ਅਤੇ ਮਹਿਲਾ ਦੇ ਮੋਬਾਈਲ ਅਤੇ ਪਰਸ 'ਤੇ ਅੱਖ ਰੱਖੀ ਬੈਠਾ ਹੁੰਦਾ ਹੈ। ਤਾਂ ਇਸ ਤੋਂ ਪਹਿਲਾਂ ਚੋਰ ਕੋਈ ਹਰਕਤ ਕਰਦਾ ਤਾਂ ਇੱਕ ਛੋਟਾ ਬੱਚਾ ਜਿਹੜਾ ਕਿ ਮਹਿਲਾ ਦੇ ਨਾਲ ਖੜਾ ਹੁੰਦਾ ਹੈ ਉਹ ਕਾਊਂਟਰ 'ਤੇ ਪਿਆ ਮੋਬਾਈਲ ਚੁੱਕ ਲੈਂਦਾ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਸਿਰਫ ਪਰਸ ਚੁੱਕ ਕੇ ਫਰਾਰ ਹੋ ਜਾਂਦਾ। ਤਾਂ ਮਹਿਲਾ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਹੀਂ ਆਉਂਦਾ, ਜਦ ਉਸਨੂੰ ਪਤਾ ਲੱਗਦਾ ਕਿ ਉਸਦਾ ਪਰਸ ਚੋਰੀ ਹੋ ਗਿਆ ਤਾਂ ਉਹ ਤੁਰੰਤ ਇਸ ਦੀ ਸੂਚਨਾ ਸਾਹਮਣੇ ਖੜ੍ਹੇ ਦੁਕਾਨਦਾਰ ਨੂੰ ਦਿੰਦੀ ਹੈ। ਤਾਂ ਉਹ ਮੌਕੇ ਤੋਂ ਉਸ ਚੋਰ ਦਾ ਪਿੱਛਾ ਕਰਦਾ, ਪਰ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਕਿਉਂਕਿ ਉਸਦੇ ਨਾਲ ਉਸਦਾ ਸਾਥੀ ਜਿਹੜਾ ਬਾਈਕ 'ਤੇ ਬੈਠਾ ਉਸਦਾ ਇੰਤਜ਼ਾਰ ਕਰ ਰਿਹਾ ਹੁੰਦਾ। ਤਾਂ ਇਹ ਦੋਨੋਂ ਬਾਈਕ 'ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਇਸ ਬੱਚੇ ਕਰਕੇ ਮਹਿਲਾ ਦਾ ਫੋਨ ਜ਼ਰੂਰ ਬਚ ਜਾਂਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਗੁਰਪ੍ਰੀਤ ਕੌਰ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਲੈ ਕੇ ਘਰ ਆ ਰਹੀ ਹੁੰਦੀ ਹੈ। ਤਾਂ ਰਸਤੇ ਦੇ ਵਿੱਚ ਉਹ ਸਕਰੀਨ ਗਾਰਡ ਪਾਉਣ ਦੇ ਲਈ ਇੱਕ ਟੈਲੀਕਾਮ ਦੀ ਦੁਕਾਨ 'ਤੇ ਰੁਕ ਜਾਂਦੀ ਹੈ। ਤਾਂ ਇਸ ਦੌਰਾਨ ਮੋਟਰਸਾਈਕਲ 'ਤੇ ਦੋ ਨੌਜਵਾਨ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮੋਬਾਈਲ ਵੇਚਣ ਦੇ ਬਹਾਨੇ ਦੁਕਾਨ ਦੇ ਵਿੱਚ ਦਾਖਲ ਹੁੰਦਾ। ਤਾਂ ਉਹ ਮੌਕਾ ਵੇਖ ਕੇ ਮਹਿਲਾ ਦਾ ਪਰਸ ਚੋਰੀ ਕਰ ਲੈਂਦਾ, ਪਰ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਮੋਬਾਈਲ ਵੀ ਚੋਰੀ ਕਰਨਾ ਸੀ, ਪਰ ਬੱਚੇ ਨੇ ਇਸ ਤੋਂ ਪਹਿਲਾਂ ਹੀ ਮੋਬਾਈਲ ਕਾਊਂਟਰ ਤੋਂ ਚੁੱਕ ਲਿਆ ਸੀ, ਜਿਸ ਕਰਕੇ ਮਹਿਲਾ ਦਾ ਫੋਨ ਬਚ ਗਿਆ, ਪਰ ਪਰਸ ਉਹ ਚੋਰ ਮੌਕੇ ਤੋਂ ਲੈ ਉੱਡਿਆ। ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਇਸ ਚੋਰ ਦੀ ਭਾਲ ਕਰ ਰਹੀ ਹੈ। ਬੱਚੇ ਕਰਕੇ ਬਚਿਆ ਮਹਿਲਾ ਦਾ ਫੋਨ। ਜੇ ਵੀਡੀਓ ਨਾ ਹੁੰਦੀ ਤਾਂ ਕਿਸੇ ਨੇ ਵੀ ਨਹੀਂ ਕਰਨਾ ਸੀ ਯਕੀਨ। ਆ ਵੇਖੋ ਕਿਵੇਂ ਇਸ ਬੱਚੇ ਕਰਕੇ ਮਹਿਲਾ ਦਾ ਫੋਨ ਇਸ ਚੋਰ ਤੋਂ ਬਚ ਗਿਆ, ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਵੇਖ ਸਕਦੇ ਹੋ ਕਿ ਇੱਕ ਮੋਬਾਈਲ ਦੀ ਦੁਕਾਨ 'ਤੇ ਮਹਿਲਾ ਆਪਣੇ ਬੱਚੇ ਦੇ ਨਾਲ ਖੜੀ ਹੁੰਦੀ ਹੈ, ਤਾਂ ਮਹਿਲਾ ਆਪਣਾ ਪਰਸ ਅਤੇ ਮੋਬਾਈਲ ਇਸ ਦੁਕਾਨ ਦੇ ਕਾਊਂਟਰ 'ਤੇ ਰੱਖ ਦਿੰਦੀ ਹੈ। ਤਾਂ ਥੋੜ੍ਹੀ ਦੂਰ ਉਸ ਤੋਂ ਇੱਕ ਨੌਜਵਾਨ ਖੜਾ ਹੁੰਦਾ ਜਿਹੜਾ ਕਿ ਚੋਰੀ ਦੀ ਫਿਰਾਕ ਦੇ ਵਿੱਚ ਹੁੰਦਾ ਹੈ ਅਤੇ ਮਹਿਲਾ ਦੇ ਮੋਬਾਈਲ ਅਤੇ ਪਰਸ 'ਤੇ ਅੱਖ ਰੱਖੀ ਬੈਠਾ ਹੁੰਦਾ। ਤਾਂ ਇਸ ਤੋਂ ਪਹਿਲਾਂ ਚੋਰ ਕੋਈ ਹਰਕਤ ਕਰਦਾ ਤਾਂ ਇੱਕ ਛੋਟਾ ਬੱਚਾ ਜਿਹੜਾ ਕਿ ਮਹਿਲਾ ਦੇ ਨਾਲ ਖੜਾ ਹੁੰਦਾ ਉਹ ਕਾਊਂਟਰ 'ਤੇ ਪਿਆ ਮੋਬਾਈਲ ਚੁੱਕ ਲੈਂਦਾ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਸਿਰਫ ਪਰਸ ਚੁੱਕ ਕੇ ਫਰਾਰ ਹੋ ਜਾਂਦਾ। ਤਾਂ ਮਹਿਲਾ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਹੀਂ ਆਉਂਦਾ, ਜਦ ਉਸਨੂੰ ਪਤਾ ਲੱਗਦਾ ਕਿ ਉਸਦਾ ਪਰਸ ਚੋਰੀ ਹੋ ਗਿਆ ਤਾਂ ਉਹ ਤੁਰੰਤ ਇਸ ਦੀ ਸੂਚਨਾ ਸਾਹਮਣੇ ਖੜ੍ਹੇ ਦੁਕਾਨਦਾਰ ਨੂੰ ਦਿੰਦੀ ਹੈ। ਤਾਂ ਉਹ ਮੌਕੇ ਤੋਂ ਉਸ ਚੋਰ ਦਾ ਪਿੱਛਾ ਕਰਦਾ, ਪਰ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਕਿਉਂਕਿ ਉਸਦੇ ਨਾਲ ਉਸਦਾ ਸਾਥੀ ਜਿਹੜਾ ਬਾਈਕ 'ਤੇ ਬੈਠਾ ਉਸਦਾ ਇੰਤਜ਼ਾਰ ਕਰ ਰਿਹਾ ਹੁੰਦਾ। ਤਾਂ ਇਹ ਦੋਨੋਂ ਬਾਈਕ 'ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਇਸ ਬੱਚੇ ਕਰਕੇ ਮਹਿਲਾ ਦਾ ਫੋਨ ਜ਼ਰੂਰ ਬਚ ਜਾਂਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਗੁਰਪ੍ਰੀਤ ਕੌਰ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਸ ਲੈ ਕੇ ਘਰ ਆ ਰਹੀ ਹੁੰਦੀ ਹੈ। ਤਾਂ ਰਸਤੇ ਦੇ ਵਿੱਚ ਉਹ ਸਕਰੀਨ ਗਾਰਡ ਪਾਉਣ ਦੇ ਲਈ ਇੱਕ ਟੈਲੀਕਾਮ ਦੀ ਦੁਕਾਨ 'ਤੇ ਰੁਕ ਜਾਂਦੀ ਹੈ। ਤਾਂ ਇਸ ਦੌਰਾਨ
ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੋਬਾਈਲ ਵੇਚਣ ਦੇ ਬਹਾਨੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਮੌਕਾ ਵੇਖ ਕੇ ਮਹਿਲਾ ਦਾ ਪਰਸ ਚੋਰੀ ਕਰ ਲੈਂਦਾ ਹੈ ਪਰ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਮੋਬਾਈਲ ਵੀ ਚੋਰੀ ਕਰਨਾ ਸੀ ਪਰ ਬੱਚੇ ਨੇ ਇਸ ਤੋਂ ਪਹਿਲਾਂ ਹੀ ਮੋਬਾਈਲ ਕਾਊਂਟਰ ਤੋਂ ਚੁੱਕ ਲਿਆ ਸੀ ਜਿਸ ਕਰਕੇ ਮਹਿਲਾ ਦਾ ਫੋਨ ਬਚ ਗਿਆ ਪਰ ਪਰਸ ਉਹ ਚੋਰ ਮੌਕੇ ਤੋਂ ਲੈ ਉੱਡਿਆ। ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਸ ਚੋਰ ਦੀ ਭਾਲ ਕਰ ਰਹੀ ਹੈ।